ਮੇਟ ਗਾਲਾ ਦੇ ਵਿੱਚ ਆਲੀਆ ਭੱਟ ਨੇ ਇੱਕ ਵਾਰ ਫਿਰ ਤੋਂ ਮਹਿਫਲ ਲੁੱਟ ਲਈ। ਜੀ ਹਾਂ, ਅਭਿਨੇਤਰੀ ਰੈੱਡ ਕਾਰਪੇਟ ਦੇ ਉੱਤੇ ਸਾੜੀ ਪਾ ਕੇ ਨਜ਼ਰ ਆਈ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਆਲੀਆ ਭੱਟ ਦੀ ਖੂਬ ਤਾਰੀਫ ਵੀ ਕੀਤੀ। ਆਲੀਆ ਭੱਟ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਨਾਲ ਫੈਸ਼ਨ ਸੈਂਸ ਦੇ ਲਈ ਵੀ ਜਾਣੇ ਜਾਂਦੇ ਨੇ। ਹਰ ਇਵੈਂਟ ਦੇ ਵਿੱਚ ਆਲੀਆ ਭੱਟ ਦਾ ਅਜਿਹਾ ਲੁੱਕ ਹੁੰਦਾ ਹੈ ਕਿ ਹਰ ਕੋਈ ਉਹਨਾਂ ਦੀ ਤਾਰੀਫ ਜ਼ਰੂਰ ਕਰਦਾ। ਸੋ ਅਜਿਹਾ ਹੀ ਮੈਟ ਗਾਲਾ 2024 ਦੇ ਵਿੱਚ ਦੇਖਣ ਨੂੰ ਮਿਲਿਆ। ਸੋ ਆਲੀਆ ਭੱਟ ਨੇ ਮੈਟ ਗਾਲਾ ਦੇ ਰੈੱਡ ਕਾਰਪੇਟ ਦੇ ਉੱਤੇ ਸਾੜੀ ਪਾ ਕੇ ਵਾਕ ਕੀਤਾ। ਸਾੜੀ ਦੇ ਵਿੱਚ ਆਲੀਆ ਭੱਟ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜਿਵੇਂ ਹੀ ਮੇਟ ਗਾਲਾ ਤੋਂ ਆਲੀਆ ਭੱਟ ਦਾ ਲੁੱਕ ਸਾਹਮਣੇ ਆਇਆ, ਪ੍ਰਸ਼ੰਸਕ ਉਹਨਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਉਹਨਾਂ ਦੀ ਅਦਾਕਾਰੀ, ਉਹਨਾਂ ਦੀ ਸਟਾਈਲਿੰਗ ਅਤੇ ਜਿਸ ਤਰੀਕੇ ਦੀ ਇਹ ਸਾੜੀ ਨੂੰ ਸਟਾਈਲ ਕੀਤਾ ਹੋਇਆ ਸੀ, ਹਰ ਕੋਈ ਦੇਖ ਕੇ ਹੈਰਾਨ ਰਹਿ ਗਿਆ। ਹਾਲਾਂਕਿ ਆਲੀਆ ਭੱਟ ਦੀ ਇਸ ਲੁੱਕ ਨੂੰ ਦੇਖਣ ਤੋਂ ਬਾਅਦ ਤੁਸੀਂ ਆਲੀਆ ਭੱਟ ਦੇ ਲਈ ਕੀ ਕਮੈਂਟ ਦੇਣਾ ਚਾਹੁੰਦੇ ਹੋ, ਆਪਣੇ ਕਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੇ ਕਰਨਾ। ਮੇਟ ਗਾਲਾ ਦੇ ਵਿੱਚ ਆਲੀਆ ਭੱਟ ਨੇ ਇੱਕ ਵਾਰ ਫਿਰ ਤੋਂ ਮਹਿਫਲ ਲੁੱਟ ਲਈ। ਜੀ ਹਾਂ, ਅਭਿਨੇਤਰੀ ਰੈੱਡ ਕਾਰਪੇਟ ਦੇ ਉੱਤੇ ਸਾੜੀ ਪਾ ਕੇ ਨਜ਼ਰ ਆਈ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਆਲੀਆ ਭੱਟ ਦੀ ਖੂਬ ਤਾਰੀਫ ਵੀ ਕੀਤੀ। ਆਲੀਆ ਭੱਟ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਨਾਲ ਫੈਸ਼ਨ ਸੈਂਸ ਦੇ ਲਈ ਵੀ ਜਾਣੇ ਜਾਂਦੇ ਨੇ। ਹਰ ਇਵੈਂਟ ਦੇ ਵਿੱਚ ਆਲੀਆ ਭੱਟ ਦਾ ਅਜਿਹਾ ਲੁੱਕ ਹੁੰਦਾ ਹੈ ਕਿ ਹਰ ਕੋਈ ਉਹਨਾਂ ਦੀ ਤਾਰੀਫ ਜ਼ਰੂਰ ਕਰਦਾ। ਸੋ ਅਜਿਹਾ ਹੀ ਮੈਟ ਗਾਲਾ 2024 ਦੇ ਵਿੱਚ ਦੇਖਣ ਨੂੰ ਮਿਲਿਆ। ਸੋ ਆਲੀਆ ਭੱਟ ਨੇ ਮੈਟ ਗਾਲਾ ਦੇ ਰੈੱਡ ਕਾਰਪੇਟ ਦੇ ਉੱਤੇ ਸਾੜੀ ਪਾ ਕੇ ਵਾਕ ਕੀਤਾ। ਸਾੜੀ ਦੇ ਵਿੱਚ ਆਲੀਆ ਭੱਟ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜਿਵੇਂ ਹੀ ਮੇਟ ਗਾਲਾ ਤੋਂ ਆਲੀਆ ਭੱਟ ਦਾ ਲੁੱਕ ਸਾਹਮਣੇ ਆਇਆ, ਪ੍ਰਸ਼ੰਸਕ ਉਹਨਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਉਹਨਾਂ ਦੀ ਅਦਾਕਾਰੀ, ਉਹਨਾਂ ਦੀ ਸਟਾਈਲਿੰਗ ਅਤੇ ਜਿਸ ਤਰੀਕੇ ਦੀ ਇਹ ਸਾੜੀ ਨੂੰ ਸਟਾਈਲ ਕੀਤਾ ਹੋਇਆ ਸੀ, ਹਰ ਕੋਈ ਦੇਖ ਕੇ ਹੈਰਾਨ ਰਹਿ ਗਿਆ। ਹਾਲਾਂਕਿ ਆਲੀਆ ਭੱਟ ਦੀ ਇਸ ਲੁੱਕ ਨੂੰ ਦੇਖਣ ਤੋਂ ਬਾਅਦ ਤੁਸੀਂ ਆਲੀਆ ਭੱਟ ਦੇ ਲਈ ਕੀ ਕਮੈਂਟ ਦੇਣਾ ਚਾਹੁੰਦੇ ਹੋ, ਆਪਣੇ ਕਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੇ ਕਰਨਾ। ਮੇਟ ਗਾਲਾ ਦੇ ਵਿੱਚ ਆਲੀਆ ਭੱਟ ਨੇ ਇੱਕ ਵਾਰ ਫਿਰ ਤੋਂ ਮਹਿਫਲ ਲੁੱਟ ਲਈ। ਜੀ ਹਾਂ, ਅਭਿਨੇਤਰੀ ਰੈੱਡ ਕਾਰਪੇਟ ਦੇ ਉੱਤੇ ਸਾੜੀ ਪਾ ਕੇ ਨਜ਼ਰ ਆਈ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਆਲੀਆ ਭੱਟ ਦੀ ਖੂਬ ਤਾਰੀਫ ਵੀ ਕੀਤੀ। ਆਲੀਆ ਭੱਟ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਨਾਲ ਫੈਸ਼ਨ ਸੈਂਸ ਦੇ ਲਈ ਵੀ ਜਾਣੇ ਜਾਂਦੇ ਨੇ। ਹਰ ਇਵੈਂਟ ਦੇ ਵਿੱਚ ਆਲੀਆ ਭੱਟ ਦਾ ਅਜਿਹਾ ਲੁੱਕ ਹੁੰਦਾ ਹੈ ਕਿ ਹਰ ਕੋਈ ਉਹਨਾਂ ਦੀ ਤਾਰੀਫ ਜ਼ਰੂਰ ਕਰਦਾ। ਸੋ ਅਜਿਹਾ ਹੀ ਮੈਟ ਗਾਲਾ 2024 ਦੇ ਵਿੱਚ ਦੇਖਣ ਨੂੰ ਮਿਲਿਆ। ਸੋ ਆਲੀਆ ਭੱਟ ਨੇ ਮੈਟ ਗਾਲਾ ਦੇ ਰੈੱਡ ਕਾਰਪੇਟ ਦੇ ਉੱਤੇ ਸਾੜੀ ਪਾ ਕੇ ਵਾਕ ਕੀਤਾ। ਸਾੜੀ ਦੇ ਵਿੱਚ ਆਲੀਆ ਭੱਟ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜਿਵੇਂ ਹੀ ਮੇਟ ਗਾਲਾ ਤੋਂ ਆਲੀਆ ਭੱਟ ਦਾ ਲੁੱਕ ਸਾਹਮਣੇ ਆਇਆ, ਪ੍ਰਸ਼ੰਸਕ ਉਹਨਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਉਹਨਾਂ ਦੀ ਅਦਾਕਾਰੀ, ਉਹਨਾਂ ਦੀ ਸਟਾਈਲਿੰਗ ਅਤੇ ਜਿਸ ਤਰੀਕੇ ਦੀ ਇਹ ਸਾੜੀ ਨੂੰ ਸਟਾਈਲ ਕੀਤਾ ਹੋਇਆ ਸੀ, ਹਰ ਕੋਈ ਦੇਖ ਕੇ ਹੈਰਾਨ ਰਹਿ ਗਿਆ। ਹਾਲਾਂਕਿ ਆਲੀਆ ਭੱਟ ਦੀ ਇਸ ਲੁੱਕ ਨੂੰ ਦੇਖਣ ਤੋਂ ਬਾਅਦ ਤੁਸੀਂ ਆਲੀਆ ਭੱਟ ਦੇ ਲਈ ਕੀ ਕਮੈਂਟ ਦੇਣਾ ਚਾਹੁੰਦੇ ਹੋ, ਆਪਣੇ ਕਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੇ ਕਰਨਾ। ਮੇਟ ਗਾਲਾ ਦੇ ਵਿੱਚ ਆਲੀਆ ਭੱਟ ਨੇ ਇੱਕ ਵਾਰ ਫਿਰ ਤੋਂ ਮਹਿਫਲ ਲੁੱਟ ਲਈ। ਜੀ ਹਾਂ, ਅਭਿਨੇਤਰੀ ਰੈੱਡ ਕਾਰਪੇਟ ਦੇ ਉੱਤੇ ਸਾੜੀ ਪਾ ਕੇ ਨਜ਼ਰ ਆਈ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਆਲੀਆ ਭੱਟ ਦੀ ਖੂਬ ਤਾਰੀਫ ਵੀ ਕੀਤੀ। ਆਲੀਆ ਭੱਟ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਨਾਲ ਫੈਸ਼ਨ ਸੈਂਸ ਦੇ ਲਈ ਵੀ ਜਾਣੇ ਜਾਂਦੇ ਨੇ। ਹਰ ਇਵੈਂਟ ਦੇ ਵਿੱਚ ਆਲੀਆ ਭੱਟ ਦਾ ਅਜਿਹਾ ਲੁੱਕ ਹੁੰਦਾ ਹੈ ਕਿ ਹਰ ਕੋਈ ਉਹਨਾਂ ਦੀ ਤਾਰੀਫ ਜ਼ਰੂਰ ਕਰਦਾ। ਸੋ ਅਜਿਹਾ ਹੀ ਮੈਟ ਗਾਲਾ 2024 ਦੇ ਵਿੱਚ ਦੇਖਣ ਨੂੰ ਮਿਲਿਆ। ਸੋ ਆਲੀਆ ਭੱਟ ਨੇ ਮੈਟ ਗਾਲਾ ਦੇ ਰੈੱਡ ਕਾਰਪੇਟ ਦੇ ਉੱਤੇ ਸਾੜੀ ਪਾ ਕੇ ਵਾਕ ਕੀਤਾ। ਸਾੜੀ ਦੇ ਵਿੱਚ ਆਲੀਆ ਭੱਟ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜਿਵੇਂ ਹੀ ਮੇਟ ਗਾਲਾ ਤੋਂ ਆਲੀਆ ਭੱਟ ਦਾ ਲੁੱਕ ਸਾਹਮਣੇ ਆਇਆ, ਪ੍ਰਸ਼ੰਸਕ ਉਹਨਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਉਹਨਾਂ ਦੀ ਅਦਾਕਾਰੀ, ਉਹਨਾਂ ਦੀ ਸਟਾਈਲਿੰਗ ਅਤੇ ਜਿਸ ਤਰੀਕੇ ਦੀ ਇਹ ਸਾੜੀ ਨੂੰ ਸਟਾਈਲ ਕੀਤਾ ਹੋਇਆ ਸੀ, ਹਰ ਕੋਈ ਦੇਖ ਕੇ ਹੈਰਾਨ ਰਹਿ ਗਿਆ। ਹਾਲਾਂਕਿ ਆਲੀਆ ਭੱਟ ਦੀ ਇਸ ਲੁੱਕ ਨੂੰ ਦੇਖਣ ਤੋਂ ਬਾਅਦ ਤੁਸੀਂ ਆਲੀਆ ਭੱਟ ਦੇ ਲਈ ਕੀ ਕਮੈਂਟ ਦੇਣਾ ਚਾਹੁੰਦੇ ਹੋ, ਆਪਣੇ ਕਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੇ ਕਰਨਾ।